रविकांत शर्मा शहर के प्रथम नागरिक बने, 24 में से 2 मत रद्द। सांसद किरण खेर व हरदीप ने नहीं डाला वोट। कोरोना को लेकर पूरा रखा जा रहा है ख्याल। राष्ट्रगान के बाद मतदान हुआ शुरू, 2 मत रद्द हुए। नगर निगम में शुक्रवार को जहां भाजपा के प्रत्याशी रविकांत शर्मा शहर के प्रथम नागरिक बन गए हैं, लेकिन भाजपा अपने पार्षदों को एकजुट नहीं कर पाई क्योंकि 2 मत रद्द हो गए हैं जो कि भाजपा के ही हो सकते हैं। कुल 27 मतों में से 24 मत पड़े थे और 2 मत रद्द हुए, जिनमें से 17 भाजपा के प्रत्याशी रविकांत शर्मा को और 5 कांग्रेस प्रत्याशी देवेंद्र बबला को। इस प्रकार 12 मतों में जीत दर्ज कर भाजपा प्रत्याशी रविकांत शर्मा शहर के प्रथम नागरिक बन गए हैं। साढ़े किसान सड़कां ते ने मर रहे ने, किसान हले भी सरकार नूं समझ नहीं आ रही कि यह कानून काले कानून वापस लेने चाहिए। मैं इस करके इन्हां नूं वोट नहीं पाई ਕਿਉਂਕਿ ਇਹਨਾਂ ਨੇ ਕਾਲੇ ਕਾਨੂੰਨ ਕਿਸਾਨਾਂ ਤੇ ਲਾਗੂ ਕੀਤੇ। ਹਦੀਪ ਜੀ, ਇਹ ਤਾਂ ਨਹੀਂ ਕਿ ਕਿਉਂਕਿ ਬੀਜੇਪੀ ਅਕਾਲੀ ਦਾ ਹੁਣ ਅਲੱਗ ਅਲੱਗ ਹੋ ਗਿਆ, ਇਸ ਕਰਕੇ ਤਾਂ ਨਹੀਂ ਇਹ ਸਾਰੀ ਸਿਚੁਏਸ਼ਨ? ਨਹੀਂ, ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਆਪਣਾ ਬਾਈਕਾਟ ਕੀਤਾ ਹੈ। ਠੀਕ ਹੈ, ਮੈਂ ਕਿਸਾਨਾਂ ਦੇ ਨਾਲ ਹੈ। ਮੈਂ ਇਹ ਚੀਜ਼ ਨੂੰ ਮੈਂ ਹਮੇਸ਼ਾ 3-4 ਵਾਰ ਮੈਂ ਦਿੱਲੀ ਵੀ ਜਾ ਚੁੱਕਾ ਇਸ ਚੀਜ਼ ਵਾਸਤੇ। ਇਸ ਕਰਕੇ ਮੇਰਾ ਮੋਰਲ, ਮੇਰਾ ਜ਼ਮੀਰ ਨਹੀਂ ਮੰਨਦਾ ਕਿ ਮੈਂ ਭਾਜਪਾ ਨੂੰ ਜਾਂ ਕਾਂਗਰਸ ਨੂੰ ਵੋਟ ਕਰਾਂ, ਜਿਹੜੇ ਕਿ ਕਾਂਗਰਸ ਨੇ ਕਾਂਗਰਸ ਦੇ ਸ਼ਾਸਨ ਦੇ ਵਿੱਚ ਇਹ ਖਰੜਾ ਤਿਆਰ ਹੋਇਆ ਸੀ ਅਤੇ ਬੀਜੇਪੀ ਦੇ ਸ਼ਾਸਨ ਦੇ ਵਿੱਚ ਇਹ ਲਾਗੂ ਕੀਤਾ ਗਿਆ ਹੈ। ਇਸ ਕਰਕੇ ਕਿਸਾਨ ਮਾਰੂ ਨੀਤੀਆਂ ਅਪਣਾਈਆਂ ਜਾ ਰਹੀਆਂ ਹੈ, ਇਸ ਕਰਕੇ ਮੈਂ ਇਸ ਚੀਜ਼ ਦਾ ਵਿਰੋਧ ਕਰ ਰਿਹਾ। ਤੁਸੀਂ ਜਿਹੜਾ ਪ੍ਰੋਸੈਸ ਸ਼ੁਰੂ ਹੋਇਆ ਸੀਗਾ, ਹੁਣ ਸ਼ੁਰੂ ਹੋਇਆ ਸੀ, ਤੁਸੀਂ ਹੋਏ ਸੀ ਖੜੇ? ਮੈਂ ਉਹਨਾਂ ਨੂੰ ਕਿਹਾ ਸੀਗਾ ਕਿ 2 ਮਿੰਟ ਦਾ ਸਾਨੂੰ ਜਿਹੜੇ ਕਿਸਾਨ ਮਰੇ ਨੇ 2 ਮਿੰਟ ਦਾ ਮੌਨ ਰੱਖਣਾ ਚਾਹੀਦਾ ਹੈ, ਅਤੇ ਉਹ ਜਿਹੜੇ 24 ਬੰਦੇ ਉੱਥੇ ਛੱਤ ਗਿਰਨ ਕਰਕੇ ਮਰੇ ਸੀ ਉਹਨਾਂ ਵਾਸਤੇ ਸਾਨੂੰ ਮੌਨ ਰੱਖਣਾ ਚਾਹੀਦਾ ਹੈ। ਜਦ ਤਾਂ ਉੱਤਰਾਖੰਡ ਦੇ ਵੀ ਤ੍ਰਾਸਦੀ ਆਉਂਦੀ ਹੈ ਕੁਛ ਹੁੰਦਾ ਹੈ ਤਾਂ ਇਹ ਮੌਨ ਰੱਖਦੇ ਨੇ, ਕਿਤੇ ਵੀ ਕੋਈ ਉੱਦਾਂ ਮੌਨ ਰੱਖਦੇ ਨੇ। ਕਿਸਾਨਾਂ ਵਾਸਤੇ ਇਹਨਾਂ ਨੇ ਇਹ ਵੀ ਠੀਕ ਨਹੀਂ ਸਮਝਿਆ ਕਿ ਇਹਨਾਂ ਵਾਸਤੇ 2 ਮਿੰਟ ਦਾ ਇਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਮੌਨ ਰੱਖਿਆ ਜਾਵੇ। ਤੁਸੀਂ ਹਿਸਾਬ ਲਾ ਸਕਦੇ ਹੋ ਵੀ ਇਹ ਕਿੱਥੇ ਖੜੇ ਨੇ। ताज़ा अपडेट्स व बड़ी खबरों के लिए सब्सक्राइब करें आज प्रकाश टीवी और बेल आइकन दबाना ना भूलें।